ਹਾਂਜੀ ਸਾਰੇ ਹੁਣ ਸਤਿ ਸ਼੍ਰੀ ਅਕਾਲ ਸਲਾਮ ਨਮਸਕਾਰ ਤੁਹਾਡਾ ਇਸ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਜੇ ਤੁਸੀਂ ਇਸ ਚੈਨਲ ਦੇ ਉੱਤੇ ਨਵੇਂ ਆਏ ਹੋ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਬਿਨਾ ਪੂਰੀਓ ਕਿਉਂਕਿ ਨਵੀਂ ਵੀਡੀਓ ਜਿਹੜੀ ਵੀ ਜਾਣਕਾਰੀ ਭਰਪੂਰ ਆਏਗੀ ਨੋਟੀਫਿਕੇਸ਼ਨ ਤੁਹਾਨੂੰ ਫੇਰੇ ਮਿਲੇਗਾ ਜੇ ਤੁਸੀਂ ਬੈਲ ਆਈਕਨ ਨੂੰ ਪ੍ਰੈਸ ਕੀਤਾ ਹੋਏਗਾ ਤਾਂ ਵੀਡੀਓ ਦੇ ਉੱਤੇ ਤੁਸੀਂ ਆਏ ਚੈਨਲ ਦੇ ਉੱਤੇ ਆਇਸ ਵਾਸਤੇ ਧੰਨਵਾਦ ਹੈ ਜੀ ਚੱਲਦੇ ਹਾਂ ਆਪਣਾ ਅੱਜ ਦੀ ਵੀਡੀਓ ਦੇ ਉੱਪਰ ਅੱਜ ਦੀ ਵੀਡੀਓ ਦੇ ਵਿੱਚ ਅਪਾਂ ਬਹੁਤ ਹੀ ਮਹੱ ਹੁਣ ਇਸ ਤਰ੍ਹਾਂ ਇੱਕ ਹੀ ਸਭ ਤੋਂ ਪਹਿਲਾਂ ਆਪਾਂ ਗਾ ਭੂਮਿਕਾ ਬੰਦੀ ਹੈ ਕਿ ਜੇ ਤੁਸੀਂ ਸਪੋਜ਼ ਕਰੋ ਕਿ ਇਟਲੀ ਵਿੱਚ ਰਹਿ ਰਹੇ ਹੋ ਇਟਲੀ ਦੇ ਵਿੱਚ ਤੁਸੀਂ ਰਹਿ ਰਹੇ ਹੋ ਤੇ ਤੁਸੀਂ ਜਿਹੜੀ ਇਥੋਂ ਦੀ ਚੀਤਦੰਸਾ ਲੈ ਲਈ ਹੈ ਠੀਕ ਹੈ ਜੀ ਆਪਾਂ ਜਿਹੜਾ ਅੱਜ ਦੀ ਆਪਣੀ ਮੇਨ ਜਿਹੜੀ ਸ਼ਰਤ ਇਹ ਹੈ ਕਿ ਤੁਸੀਂ ਇਟਲੀ ਦੇ ਵਿੱਚ ਰਹਿ ਰਹੇ ਹੋ ਤੁਹਾਡੇ ਕੋਲ ਇਟਲੀ ਦੀ ਚੀਤਦੰਸਾ ਆ ਚੁੱਕੀ ਹੈ ਸਿਟੀਜ਼ਨਸ਼ਿਪ ਮੁੱਲ ਆ ਚੁੱਕੀ ਹੈ ਤੁਸੀਂ ਇਟਲੀ ਦੇ ਨਾਗਰਿਕ ਬਣ ਚੁੱਕੇ ਹੋ ਹੁਣ ਤੁਹਾਡੇ ਮਨ ਦੇ ਵਿੱਚ ਜਿਹੜੇ ਬਹੁਤ ਸਾਰੇ ਸਵਾਲ ਹਨ ਉਹਨਾਂ ਸਵਾਲਾਂ ਦੇ ਜਿਹੜੇ ਜਵਾਬ ਹਨ ਉਹ ਆਪਾਂ ਕਲੀਅਰ ਕਰਨੇ ਹਨ ਤੁਸੀਂ ਇੱਥੋਂ ਜਾਣਾ ਚਾਹੁੰਦੇ ਹੋ ਯੂਕੇ ਦੇ ਵਿੱਚ ਹੁਣ ਤੁਹਾਨੂੰ ਪਤਾ ਹੈ ਕਿ ਯੂਕੇ ਜਿਹੜਾ ਹੈ ਜੀ ਇਸ ਟਾਈਮ ਯੂਰਪ ਤੋਂ ਵੱਖਰਾ ਹੋ ਚੁੱਕਾ ਹੈ। ਬ੍ਰੈਗਜ਼ਿਟ ਹੋ ਚੁੱਕਾ ਹੈ ਠੀਕ ਹੈ ਜੀ। ਇਸ ਤਰ੍ਹਾਂ ਉਹ ਇੱਕ ਵੱਖਰਾ ਗਰੁੱਪ ਬਣ ਚੁੱਕਾ ਹੈ ਤੇ ਯੂਰਪ ਵਾਲਾ ਗਰੁੱਪ ਵੱਖਰਾ ਹੈ। ਹੁਣ ਅਗਰ ਤੁਸੀਂ ਯੂਕੇ ਦੇ ਵਿੱਚ ਜਾਂਦੇ ਹੋ ਤਾਂ ਯੂਕੇ ਦੇ ਵਾਸਤੇ ਤੁਹਾਨੂੰ ਵੀਜ਼ਾ ਕਿਹੜੇ-ਕਿਹੜੇ ਸੈਕਟਰ ਦੇ ਵਿੱਚ ਲੈਣਾ ਪਏਗਾ ਕਿਹੜੇ ਸੈਕਟਰ ਵਿੱਚ ਨਹੀਂ ਲੈਣਾ ਪਏਗਾ। ਤੁਸੀਂ ਉੱਥੇ ਜਾ ਕੇ ਘੁੰਮਣ ਫਿਰਨ ਦੇ ਵਾਸਤੇ ਜਾ ਸਕਦੇ ਹੋ, ਕੰਮ ਦੇ ਵਾਸਤੇ ਜਾ ਸਕਦੇ ਹੋ ਜਨਹੀਂ ਪੜ੍ਹਨ ਵਾਸਤੇ ਜਾਓ ਕਿ ਬਿਜ਼ਨਸ ਦੇ ਵਾਸਤੇ, ਸਟੱਡੀ ਬੇਸ ਦੇ ਉੱਤੇ ਟਰਾਂਜ਼ਿਟ ਵੀਜ਼ਾ ਜਾਂ ਤੁਸੀਂ ਜਿਹੜਾ ਕੋਈ ਜੁਆਇਨ ਪਾਰਟਨਰ ਜਾਂ ਫੈਮਿਲੀ ਜਿਹੜਾ ਲੌਂਗ ਸਟੇ ਵੀਜ਼ਾ ਜਾਂ ਤੁਸੀਂ ਉੱਥੇ ਕੋਈ ਵਿਆਹ ਸ਼ਾਦੀ ਕਰਾਉਣਾ ਹੈ ਜਾਂ ਤੁਸੀਂ ਸਿਵਲ ਜਿਹੜੀ ਪਾਰਟਨਰਸ਼ਿਪ ਉਹ ਕਰਨੀ ਹੈ ਜਾਂ ਤੁਸੀਂ ਆਪਣੇ ਬੱਚੇ ਨਾਲ ਉੱਥੇ ਰਹਿਣਾ ਹੈ ਜੋ ਸਕੂਲ ਦੇ ਵਿੱਚ ਉੱਥੇ ਜਾ ਕੇ ਪੜ ਰਿਹਾ ਹੈ ਜਾਂ ਤੁਸੀਂ ਕੋਈ ਮੈਡੀਕਲ ਪ੍ਰਾਈਵੇਟ ਟ੍ਰੀਟਮੈਂਟ ਲੈਣਾ ਹੈ ਜਾਂ ਕੋਈ ਡਿਪਲੋਮੈਟਿਕ ਕੰਮ ਹੈ ਜਾਂ ਕੋਈ ਗਵਰਨਮੈਂਟ ਦੇ ਨਾਲ ਸੰਬੰਧਿਤ ਕੰਮ ਹੈ ਤੇ ਸਾਰੇ ਜਿਹੜੇ ਸਵਾਲ ਹਨ ਇਹਨਾਂ ਦੇ ਆਪਾਂ ਜਵਾਬ ਇਸ ਵੀਡੀਓ ਦੇ ਵਿੱਚ ਹੀ ਦੇਣੇ ਹਨ ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਹੈ ਟੂਰਿਜ਼ਮ ਮਲੇ ਐਜ਼ ਅ ਟੂਰਿਸਟ ਤੁਸੀਂ ਇਟਲੀ ਦੇ ਵਿੱਚੋਂ ਜਾ ਰਹੇ ਹੋ ਯੂਕੇ ਦੇ ਵਿੱਚ ਸਪੋਜ਼ ਕਰੋ ਕਿ ਤੁਸੀਂ ਘੁੰਮਣ ਫਿਰਨ ਦੇ ਵਾਸਤੇ ਯੂਕੇ ਵਿੱਚ ਜਾ ਰਹੇ ਹੋ ਹੁਣ ਤੁਹਾਨੂੰ ਉੱਥੇ ਕੀ ਕੀ ਚਾਹੀਦਾ ਹੈ ਤੁਸੀਂ ਕਿੰਨਾ ਸਮਾਂ ਰਹਿ ਸਕਦੇ ਹੋ ਤਾਂ ਸੁਣੋ ਜੀ ਸਭ ਤੋਂ ਪਹਿਲਾਂ ਜੇ ਤੁਹਾਡੇ ਕੋਲ ਇਟਾਲੀਅਨ ਸਿਟੀਜ਼ਨਸ਼ਿਪ ਹੈ ਤੇ ਤੁਸੀਂ ਸਿਰਫ ਟੂਰਿਸਟ ਐਜ਼ ਅ ਟੂਰਿਸਟ ਯੂਕੇ ਦੇ ਵਿੱਚ ਜਾ ਰਹੇ ਹੋ ਤੁਹਾਨੂੰ ਕਿਸੇ ਵੀਜ਼ੇ ਦੀ ਲੋੜ ਨਹੀਂ ਹੈ ਤੁਸੀਂ ਉੱਥੇ ਜਾ ਕੇ ਸਟੇ ਕਰ ਸਕਦੇ ਹੋ 6 ਮਹੀਨੇ ਤੱਕ ਮਰ 6 ਮਹੀਨੇ ਤੁਸੀਂ ਉੱਪਰ ਨਹੀਂ ਰਹਿਣਾ 6 ਮਹੀਨੇ ਤੱਕ ਹੀ ਤੁਸੀਂ ਰਹਿ ਸਕਦੇ ਹੋ ਕੋਸ਼ਿਸ਼ ਕਰਨੀ ਹੈ ਕੀ 6 ਮਹੀਨੇ ਤੋਂ ਪਹਿਲਾਂ-ਪਹਿਲਾਂ ਤੁਸੀਂ ਉੱਥੋਂ ਵਾਪਸ ਆ ਜਾਣਾ ਹੈ। ਬਾਕੀ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਜੇ ਤੁਹਾਡਾ ਕੋਈ ਕ੍ਰਿਮੀਨਲ ਰਿਕਾਰਡ ਹੈ ਜਾਂ ਤੁਹਾਡਾ ਜਿਹੜਾ ਵੀਜ਼ਾ ਹੈ ਜੀ ਪਹਿਲਾਂ ਵੀ ਰਿਫਿਊਜ਼ ਹੋ ਚੁੱਕਾ ਹੈ ਉੱਥੋਂ ਅੰਬੈਸੀ ਦੇ ਵਿੱਚੋਂ ਯੂਕੇ ਦੀ ਕਿਸੇ ਵੀ ਤਰੀਕੇ ਦੇ ਨਾਲ ਤਾਂ ਜਿਹੜਾ ਹੈ ਜੀ ਫਿਰ ਤੁਹਾਡੇ ਵਾਸਤੇ ਥੋੜਾ ਮੁਸ਼ਕਲ ਹੋ ਜਾਏਗਾ ਇਸ ਉੱਥੇ ਜਾਣਾ ਕਿਉਂਕਿ ਜਦੋਂ ਇਹ ਜਿਹੜੀ ਯੂਕੇ ਦੀ ਸਰਕਾਰ ਇਸ ਚੀਜ਼ ਨੂੰ ਬਹੁਤ ਹੀ ਜ਼ਿਆਦਾ ਗੌਰ ਦੇ ਨਾਲ ਦੇਖਦੀ ਹੈ ਜੇ ਕਿਸੇ ਦਾ ਕ੍ਰਿਮੀਨਲ ਰਿਕਾਰਡ ਹੈ ਤਾਂ ਉਸ ਦੇ ਬਾਰੇ ਜਿਹੜੀ ਨੋ ਐਂਟਰੀ ਆਪਾਂ ਕਹਿ ਸਕਦੇ ਹਾਂ ਹੁਣ ਸਵਾਲ ਇਹ ਉੱਠਦਾ ਹੈ ਕਿ ਜੇ ਤੁਸੀਂ ਯੂਕੇ ਦੇ ਵਿੱਚ ਚਲੇ ਜਾਂਦੇ ਹੋ ਠੀਕ ਹੈ ਜੇ ਉੱਥੇ ਜਾ ਕੇ ਤੁਸੀਂ ਪਹੁੰਚ ਜਾਂਦੇ ਹੋ ਤੁਹਾਡਾ ਕੋਈ ਰੈਸਟੇਰ ਵਗੈਰਾ ਵੀ ਮੰਨ ਲਓ ਹੈ ਕਿਸੇ ਦੀ ਉੱਥੇ ਕੋਈ ਸ਼ਾਪ ਹੈ ਜਾਂ ਕੋਈ ਬੰਦਾ ਕਹਿੰਦਾ ਹੈ ਕਿ ਅਸੀਂ ਤੁਹਾਨੂੰ ਕੰਮ ਤੇ ਲਗਵਾ ਦੇਵਾਂਗੇ ਤੁਸੀਂ ਆ ਜਾਓ ਸਾਡੇ ਕੋਲ ਤੋਂ ਦੇ ਵਿੱਚ ਜਿਹੜਾ ਕਾਨੂੰਨ ਦੇ ਅਨੁਸਾਰ ਤੁਸੀਂ ਕਿਹੜੇ ਕਿਹੜੇ ਕੰਮ ਉੱਥੇ ਜਾ ਕੇ ਕਰ ਸਕਦੇ ਹੋ ਤੇ ਕਿਹੜੇ ਕੰਮ ਨਹੀਂ ਕਰ ਸਕਦੇ ਇਸ ਵੀਡੀਓ ਵਿੱਚ ਹੀ ਤੁਹਾਨੂੰ ਉਹ ਵੀ ਦੱਸਾਂਗੇ ਹੁਣ ਤੁਸੀਂ ਯੂਕੇ ਦੇ ਵਿੱਚ ਚਲੇ ਜਾਂਦੇ ਹੋ ਉੱਥੇ ਜਾ ਕੇ ਤੁਸੀਂ ਆਪਣੀ ਜਿਹੜੀ ਹੌਲੀਡੇ ਸਪੈਂਡ ਕਰ ਰਹੇ ਹੋ ਤੁਸੀਂ ਹੋ ਸਕਦਾ ਹੈ ਕਿ ਤੁਹਾਡੇ ਫੈਮਿਲੀ ਮੈਂਬਰ ਜਿਹੜੇ ਹਨ ਉਹ ਵੀ ਤੁਹਾਡੇ ਨਾਲ ਗਏ ਹੋਣ ਹੁਣ ਕਿਹੜੇ ਕਿਹੜੇ ਕੰਮ ਹਨ ਜਿਹੜੇ ਤੁਸੀਂ ਯੂਕੇ ਵਿੱਚ ਜਾ ਕੇ ਨਹੀਂ ਕਰਨੇ ਸਭ ਤੋਂ ਪਹਿਲਾਂ ਤਾਂ ਇਸ ਤਰ੍ਹਾਂ ਹੈ ਕਿ ਜੇ ਕੋਈ ਤੁਹਾਡਾ ਉੱਥੇ ਕੋਈ ਵੀ ਬੰਦਾ ਤੁਹਾਨੂੰ ਕਹਿੰਦਾ ਹੈ ਕਿ ਤੁਸੀਂ ਕੰਮ ਤੇ ਆ ਜਾਵੋ ਸਾਡੀ ਆਪਣੀ ਦੁਕਾਨ ਹੈ ਤੁਸੀਂ ਸਾਡੀ ਦੁਕਾਨ ਦੇ ਉੱਤੇ ਆ ਜਾਓ ਵੀ ਥੋੜੇ ਬਹੁਤ ਪੈਸੇ ਅਸੀਂ ਤੁਹਾਨੂੰ ਪੇ ਕਰਾਂਗੇ ਤੁਸੀਂ ਸਾਡੇ ਨਾਲ ਕੰਮ ਕਰੋ ਅਸੀਂ ਕੋਈ ਵੀ ਕੰਟੈਕਟ ਵਗੈਰਾ ਤੁਹਾਡਾ ਬਿਲਕੁਲ ਨਹੀਂ ਬਣਾਵਾਂਗੇ ਦੋ ਨੰਬਰ ਦੇ ਵਿੱਚ ਹੀ ਸਾਰਾ ਕੰਮ ਚੱਲੇਗਾ ਤਾਂ ਉਹ ਜਿਹੜਾ ਕੰਮ ਹੈ ਜੀ ਚਾਹੇ ਉਹ ਪੇਡ ਹੋਵੇ ਜਾਂ ਅਨਪੇਡ ਹੋਵੇ ਅਨਪੇਡ ਦੇ ਵਿੱਚ ਉਹ ਜਾਂਦਾ ਉਹ ਚੀਜ਼ ਆਉਂਦੀ ਹੈ ਜਿੱਦਾਂ ਕਿ ਮੰਨ ਲਓ ਤੁਹਾਡਾ ਕੋਈ ਖਾਸ ਬੰਦਾ ਹੈ ਉੱਥੇ ਉਹ ਤਾਂ ਨੂੰ ਕਹਿੰਦਾ ਕਿ ਤੁਸੀਂ ਸਾਡੇ ਕੰਮ ਦੇ ਉੱਤੇ ਆ ਜਾਓ ਸਾਡੇ ਨਾਲ ਥੋੜਾ ਬਹੁਤ ਕੰਮ ਸਿੱਖਣਾ ਚਾਹੁੰਦੇ ਹੋ ਨਾਲ ਖੜੋ ਆ ਕੇ ਇੱਥੇ ਕੰਮ ਕਰੋ ਉਹ ਲੋ ਦੇ ਵਿੱਚ ਉਹ ਪੈਸਾ ਕੋਈ ਨਹੀਂ ਦੇ ਰਿਹਾ ਤੁਹਾਨੂੰ ਅਨਪੇਡ ਹੈ ਉਹ ਕੰਮ ਜਿਹੜਾ ਪੇਡ ਉਹ ਹੁੰਦਾ ਹੈ ਕਿ ਜਿਹਦੇ ਵਿੱਚ ਤੁਸੀਂ ਪੈਸੇ ਵਗੈਰਾ ਵੀ ਲੈ ਰਹੇ ਹੋ ਇਹ ਦੋਨੋਂ ਤਰ੍ਹਾਂ ਦੇ ਜਿਹੜੇ ਕੰਮ ਹਨ ਇਹ ਯੂਕੇ ਦੇ ਵਿੱਚ ਤੁਸੀਂ ਜਾ ਕੇ ਨਹੀਂ ਕਰ ਸਕਦੇ ਜੇ ਤੁਸੀਂ ਉੱਥੇ ਐਜ਼ ਅ ਟੂਰਿਸਟ ਗਏ ਹੋ ਮਤਲਬ ਰਿਐਲਟੀ ਨਿਕਲਦਾ ਹੈ ਕਿ ਤੁਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਕੰਮ ਹੈ ਜੀ ਨਹੀਂ ਕਰ ਸਕਦੇ ਯੂਕੇ ਵਿੱਚ ਅਗਰ ਤੁਸੀਂ ਕੰਮ ਕਰਦੇ ਹੋ ਤਾਂ ਜਿਹੜੇ ਇਸ ਦੇ ਬੁਰੇ ਪ੍ਰਭਾਵ ਹਨ ਉਹ ਵੀ ਪੈ ਸਕਦੇ ਹਨ ਇਸ ਤੋਂ ਨੰਬਰ 2 ਤੇ ਇੱਕ ਹੋਰ ਚੀਜ਼ ਆਉਂਦੀ ਹੈ ਜਿੱਦਾਂ ਕਿ ਪਬਲਿਕ ਫੰਡ ਵਗੈਰਾ ਹੁੰਦੀਆਂ ਜਿੱਦਾਂ ਕਿ ਬੈਨੇਫਿਟ ਹੁੰਦੀਆਂ ਨੇ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਨੇ ਜਿਹੜੇ ਕਿ ਉੱਥੇ ਲੋਕ ਰਹਿੰਦੇ ਹਨ ਤੁਸੀਂ ਉਹਨਾਂ ਸਹੂਲਤਾਂ ਦੇ ਵਾਸਤੇ ਜਿਹੜਾ ਬਿਲਕੁਲ ਵੀ ਕਲੇਮ ਨਹੀਂ ਕਰ ਸਕਦੇ ਮੰਨ ਲਓ ਜੇ ਬਾਕੀ ਲੋਕ ਕਲੇਮ ਕਰ ਰਹੇ ਹਨ ਪਰantu ਤੁਸੀਂ ਨਹੀਂ ਕਰ ਸਕਦੇ ਕਿਉਂਕਿ ਤੁਹਾਡੇ ਕੋਲ ਉਹ ਜਿਹੜੀ ਪਾਵਰ ਹੈ ਬਿਲਕੁਲ ਨਹੀਂ ਹੈ ਤੁਸੀਂ ਐਜ਼ ਅ ਟੂਰਿਸਟ ਗਏ ਹੋ ਇਸ ਵੀਡੀਓ ਵਿੱਚ ਇੱਕ ਚੀਜ਼ ਦਾ ਖਿਆਲ ਰੱਖਿਓ ਕਿ ਆਪਾਂ ਜਿਹੜੀ ਗੱਲਬਾਤ ਹੈ ਜੀ ਟੂਰਿਸਟ ਵੀਜ਼ੇ ਦੇ ਉੱਤੇ ਚੱਲ ਰਹੀ ਹੈ ਜੇ ਆਪਾਂ ਐਜ਼ ਅ ਟੂਰਿਸਟ ਮਤਲਬ ਘੁੰਮਣ ਫ UK ਦੇ ਵਿੱਚ ਜਾ ਰਹੇ ਹਾਂ ਤੇ ਆਪਣੇ ਕੋਲ ਜਿਹੜੀ ਇਟਾਲੀਅਨ ਸਿਟੀਜ਼ਨਸ਼ਿਪ ਹੈ ਇਸ ਤੋਂ ਇਲਾਵਾ ਤੁਸੀਂ UK ਦੇ ਵਿੱਚ ਲੰਬੇ ਸਮੇਂ ਦੇ ਵਾਸਤੇ ਬਿਲਕੁਲ ਵੀ ਖੁੱਲੇ ਤਰੀਕੇ ਨਾਲ ਨਹੀਂ ਰਹਿ ਸਕਦੇ ਜਾਂ ਜਿਹੜੀਆਂ ਖੁੱਲੀਆਂ ਯਾਤਰਾਵਾਂ ਹਨ ਉਹ ਨਹੀਂ ਕਰ ਸਕਦੇ ਹੁਣ ਇਹਦੇ ਵਿੱਚ ਕੀ ਮਤਲਬ ਨਿਕਲਿਆ ਕਿ ਤੁਸੀਂ 6 ਮਹੀਨੇ ਤੋਂ ਜ਼ਿਆਦਾ ਜਿਹੜੇ UK ਵਿੱਚ ਲੰਬੇ ਪੀਰੀਅਡ ਦੇ ਵਾਸਤੇ ਨਹੀਂ ਰਹਿਣਾ ਹੈ ਤੁਸੀਂ 20 ਦਿਨ 6 ਮੰਥਸ ਤੁਸੀਂ ਜਿਹੜਾ ਵਾਪਸ ਹੈ ਜੀ ਆਪਣੇ ਦੇਸ਼ ਦੇ ਵਿੱਚ ਆਉਣਾ ਹੈ ਬਾਕੀ ਇੱਕ ਹੋਰ ਚੀਜ਼ ਹੁੰਦੀ ਹੈ ਕਿ ਕਈ ਵਾਰ ਬੰਦਾ ਇੱਥੋਂ ਐਜ਼ ਅ ਟੂਰਿਸਟ ਜਾਂਦਾ ਹੈ ਉੱਥੇ ਜਾ ਕੇ ਉਹ ਕੋਈ ਨੌਕੀ ਆਪਣਾ ਵਿਆਹ ਸ਼ਾਦੀ ਕਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਆਪਣੀ ਰਜਿਸਟ੍ਰੇਸ਼ਨ ਵਗੈਰਾ ਕਰਾਉਣ ਦੀ ਉੱਥੇ ਜਾ ਕੇ ਕੋਸ਼ਿਸ਼ ਕਰੇ ਜਾਂ ਕਿ ਸਿਵਲ ਪਾਰਟਨਰਸ਼ਿਪ ਹੋ ਸਕਦੀ ਹੈ ਸਿਵਲ ਪਾਰਟਨਰਸ਼ਿਪ ਇਸ ਤਰ੍ਹਾਂ ਹੋ ਸਕਦੀ ਹੈ ਕੋਈ ਕੰਮਕਾਰ ਦੇ ਵਿੱਚ ਕੋਈ ਕਿਸੇ ਦੇ ਨਾਲ ਆਪਾਂ ਪਾਰਟਨਰਸ਼ਿਪ ਜਿੱਦਾਂ ਕਰੀਏ ਠੀਕ ਹੈ ਤੁਸੀਂ ਸਮਝ ਰਹੇ ਹੋ ਇਸ ਗੱਲ ਨੂੰ ਜਾਂ ਫਿਰ ਜਦੋਂ ਕਿ ਆਪਾਂ ਨੋਟਿਸ ਭੇਜਣਾ ਹੋਵੇ ਮੈਰਿਜ ਦਾ ਉੱਥੇ ਜਾ ਕੇ ਸਰਕਾਰ ਦੇ ਵੀ ਜਮ੍ਹਾਂ ਕਰਾਉਣਾ ਹੋਵੇ ਜਾਂ ਸਿਵਲ ਪਾਰਟਨਰਸ਼ਿਪ ਦਾ ਕੋਈ ਨੋਟਿਸ ਦੇਣਾ ਹੋਵੇ ਜਾਂ ਰਜਿਸਟ੍ਰੇਸ਼ਨ ਹੋਵੇ ਇਹਦੇ ਵਾਸਤੇ ਤੁਸੀਂ ਅਗਰ ਟੂਰਿਸਟ ਵੀਜ਼ੇ ਦੇ ਉੱਤੇ ਜਾਂਦੇ ਹੋ ਤੇ ਇਹ ਜਿਹੜੇ ਕੰਮ ਹਨ ਮੈਰਿਜ ਨਾਲ ਸੰਬੰਧਿਤ ਜਾਂ ਜਿਹੜੀ ਸਟੇਬਲ ਪਾਰਟਨਰਸ਼ਿਪ ਹੈ ਇਹਦੇ ਨਾਲ ਸੰਬੰਧ ਜਿਹੜੇ ਕੰਮ ਹਨ ਤੁਸੀਂ ਯੂਕੇ ਦੇ ਵਿੱਚ ਜਾ ਕੇ ਨਹੀਂ ਕਰ ਸਕਦੇ ਉਹ ਤੁਹਾਡੇ ਜਿਹੜੇ ਮਨਜ਼ੂਰ ਨਹੀਂ ਹੋਣਗੇ ਇਹਦੇ ਉਲਟ ਜੇ ਤੁਸੀਂ ਮੈਰਿਜ ਵਿਜ਼ਿਟਰ ਵੀਜ਼ਾ ਜਿਹੜਾ ਹੈ ਜੀ ਉਹ ਲੈ ਕੇ ਜਾਂਦੇ ਹੋ ਇਥੋਂ ਇਟਲੀ ਦੇ ਵਿੱਚੋਂ ਮੈਰਿਜ ਵਿਜ਼ਿਟਰ ਵੀਜ਼ਾ ਤਾਂ ਫਿਰ ਜਿਹੜੇ ਇਹ ਕੰਮ ਹਨ ਤੁਸੀਂ ਕਰ ਸਕਦੇ ਹੋ ਇਸ ਦੇ ਬਰਤ ਤੁਹਾਨੂੰ ਮੈਰਿਜ ਵਿਜ਼ਿਟਰ ਵੀਜ਼ੇ ਦੀ ਲੋੜ ਪਵੇਗੀ ਹੁਣ ਤੁਸੀਂ ਮੰਨ ਲਓ ਕਿ ਸੁਪੋਜ਼ ਕਰੋ ਕਿ ਮਨ ਬਣਾ ਲਿਆ ਹੈ ਯੂਕੇ ਵੀ ਜਾਣ ਦਾ ਯੂਕੇ ਦੇ ਬਾਰਡਰ ਦੇ ਉੱਤੇ ਕਿਹੜੀ ਕਿਹੜੀ ਚੀਜ਼ ਹੈ ਜੀ ਜਿਸ ਦੀ ਤੁਹਾਨੂੰ ਜ਼ਰੂਰਤ ਪਵੇਗੀ ਬਾਰਡਰ ਦਾ ਮਤਲਬ ਇਹ ਹੁੰਦਾ ਕਿ ਜੇ ਤੁਸੀਂ ਬਾਈਰ ਜਾਂਦੇ ਹੋ ਤੁਸੀਂ 에ਰਪੋਰਟ ਦੇ ਉੱਤੇ ਜਿਹੜੇ ਇਮੀਗ੍ਰੇਸ਼ਨ ਵਾਲੇ ਹੁੰਦੇ ਹਨ ਉਹ ਚੈੱਕ ਕਰਦੇ ਨੇ ਉਹ ਵੀ ਇੱਕ ਤਰ੍ਹਾਂ ਦਾ ਬਾਰਡਰ ਹੀ ਹੁੰਦਾ ਹੈ ਜੇ ਤੁਸੀਂ ਫੇਰੀ ਦੇ ਥਰੂ ਜਾ ਰਹੇ ਹੋ ਮਤਲਬ ਜਿਹੜੀ ਬੋਟ ਹੈ ਜੀ ਕਿਸ਼ਤੀ ਹੈ ਥਰੂ ਜਾ ਰਹੇ ਹੋ ਤੇ ਫਿਰ ਜੇ ਤੁਸੀਂ ਆਪਣੇ ਫਰਾਂਸ ਤੋਂ ਜਿਹੜੀ ਉਹ ਫੇਰੀ ਹੈ ਜ ਉਸ ਦੇ ਵਿੱਚ ਬੈਠਦੇ ਹੋ ਜਾ ਕੇ ਲੰਡਨ ਦੇ ਵਿੱਚ ਪਹੁੰਚਦੇ ਹੋ ਉੱਥੇ ਜਾ ਕੇ ਜਿਹੜੀ ਚੈਕਿੰਗ ਹੁੰਦੀ ਹੈ ਬਕਾਇਦਾ ਉੱਥੇ ਜਾ ਕੇ ਜਿਹੜੇ ਆਫੀਸਰ ਹੁੰਦੇ ਹਨ ਉਹ ਤੁਹਾਡੇ ਸਾਹਮਣੇ ਪਹਿਲਾਂ ਡਾਕੂਮੈਂਟ ਦੇਖਣਗੇ ਉਹਦੇ ਵਿੱਚ ਤੁਹਾਡੇ ਕੋਲ ਜਿਹੜਾ ਵੈਲਿਡ ਪਾਸਪੋਰਟ ਹੈ ਜੀ ਉਹ ਹੋਣਾ ਚਾਹੀਦਾ ਹੈ ਇਹ ਇਹਦੇ ਵੀ ਤੁਹਾਨੂੰ 4-5 ਤਰ੍ਹਾਂ ਦੇ ਸਵਾਲ ਜਿਹੜੇ ਉਹ ਪੁੱਛ ਸਕਦੇ ਨੇ ਸਭ ਤੋਂ ਪਹਿਲਾਂ ਉਹ ਤੁਹਾਨੂੰ ਪੁੱਛਣਗੇ ਕਿ ਤੁਸੀਂ ਇੱਥੇ ਕਿਉਂ ਆ ਰਹੇ ਹੋ ਜਿਹੜਾ ਤੁਹਾਡਾ ਪਰਪਸ ਹੈ ਜੂ ਕਾਦੇ ਵਾਸਤੇ ਹੈ ਮਾਲ ਤੁਸੀਂ ਟੂਰਿਸਟ ਐਜ਼ ਅ ਟੂਰਿਸਮ ਵਾਸਤੇ ਇੱਥੇ ਆਏ ਹੋ ਤੁਸੀਂ ਇਸ ਚੀਜ਼ ਦੇ ਵਾਸਤੇ ਵੀ ਤਿਆਰੀ ਕਰਕੇ ਜਾਣੀ ਹੈ ਪੂਰੀ ਗੱਲਬਾਤ ਉਹਨਾਂ ਨੂੰ ਦੱਸਣੀ ਹੈ ਫਿਰ ਉਹ ਤੁਹਾਨੂੰ ਇਹ ਵੀ ਕਹਿ ਸਕਦੇ ਨੇ ਕਿ ਤੁਸੀਂ ਜਿੱਦਾਂ ਕੀ ਇਕੱਲੇ ਆਏ ਹੋ ਜਾਂ ਤੁਹਾਡੇ ਨਾਲ ਕੋਈ ਫੈਮਿਲੀ ਮੈਂਬਰ ਵੀ ਹਨ ਜਿਹੜੇ ਤੁਹਾਡੇ ਉੱਤੇ ਡਿਪੈਂਡ ਹਨ ਜਿੰਨਾ ਵੀ ਸਮਾਂ ਤੁਸੀਂ ਯੂਕੇ ਦੇ ਵਿੱਚ ਰਹਿਣਾ ਹੈ ਉਹਦੇ ਵਾਸਤੇ ਜਿਹੜਾ ਤੁਹਾਡੇ ਕੋਲ ਫੰਡ ਵਗੈਰਾ ਹਨ ਉਦੇ ਬਾਰੇ ਵੀ ਤੁਹਾਡੇ ਕੋਲ ਜਾਣਕਾਰੀ ਲੈ ਸਕਦੇ ਹਨ ਕਿ ਤੁਹਾਡੇ ਕੋਲ ਪੈਸਾ ਵਗੈਰਾ ਕਿੰਨਾ ਹੈ ਕਿੰਨਾ ਫੰਡ ਵਗੈਰਾ ਤੁਸੀਂ ਕੋਲ ਆਪਣੇ ਉਪਲਬਧ ਲੈ ਕੇ ਆਏ ਹੋ ਕਿਉਂਕਿ ਉੱਥੇ ਰਹਿਣ ਦੇ ਵਾਸਤੇ ਵੀ ਲੋੜ ਪੈਂਦੀ ਹੈ ਇਸ ਚੀਜ਼ ਦੀ ਉਸ ਤੋਂ ਇਲਾਵਾ ਉਹ ਤੁਹਾਨੂੰ ਪੁੱਛ ਸਕਦੇ ਹਨ ਕਿ ਜਿਹੜੀ ਤੁਹਾਡੀ ਅਕੋਮੋਡੇਸ਼ਨ ਹੈ ਰਹਿائش ਉਹਦੇ ਬਾਰੇ ਵੀ ਪੁੱਛ ਸਕਦੇ ਹਨ ਕਿ ਤੁਸੀਂ ਕਿਸ ਜਗ੍ਹਾ ਦੇ ਉੱਤੇ ਆਪਣੀ ਰਹਿائش ਕੀਤੀ ਹੈ ਕਿਵੇਂ-ਕਿਵੇਂ ਇੰਤਜ਼ਾਮ ਕੀਤਾ ਹੈ ਉਸ ਤੋਂ ਬਾਅਦ ਤੁਹਾਡੀ ਉਹ ਜਿਹੜੀ ਜਰਨੀ ਹੋਏਗੀ ਯਾਤਰਾ ਹੋਏਗੀ ਉਹਦੇ ਆਉਣ ਤੇ ਜਾਣ ਦੀਆਂ ਟਿਕਟਾਂ ਜਿਹੜੀਆਂ ਹਨ ਉਹਨਾਂ ਦੇ ਬਾਰੇ ਵੀ ਜਾਣਕਾਰੀ ਲੈ ਸਕਦੇ ਹਨ ਜਾਂ ਪੈਸੇ ਬਾਰੇ ਵੀ ਪੁੱਛ ਸਕਦੇ ਹਨ ਕੀ ਤੁਹਾਡੇ ਕੋਲ ਵਾਪਸੀ ਵਾਸਤੇ ਤੁਸੀਂ ਕੀ ਸਟਾਕ ਆਪਣੇ ਕੋਲ ਰੱਖਿਆ ਹੈ ਬਾਕੀ ਇੱਕ ਸਵਾਲ ਹੋਰ ਹੁੰਦਾ ਹੈ ਕਿ ਉਹ ਪੁੱਛਣਗੇ ਕਿ ਤੁਸੀਂ ਜਿਹੜਾ ਆਪਣੀ ਪਲੈਨਿੰਗ ਕੀ ਕੀਤੀ ਹੈ ਤੁਸੀਂ ਯੂਕੇ ਨੂੰ ਕਦੋਂ ਛੱਡੋਗੇ ਮੁਲਕ ਕਿੰਨੇ ਸਮੇਂ ਤੱਕ ਤੁਸੀਂ ਯੂਕੇ ਦੇ ਵਿੱਚ ਰਹਿਣ ਦੀ ਤੁਹਾਡੀ ਪਲੈਨਿੰਗ ਹੈ ਬਾਕੀ ਹੁਣ ਆਪਾਂ ਗੱਲ ਕਰਦੇ ਹਾਂ 18 ਸਾਲ ਤੋਂ ਘੱਟ ਉਮਰ ਵਾਲੇ ਬੰਦੇ ਦੇ ਵਾਸਤੇ ਅਗਰ ਤੁਹਾਡੀ ਉਮਰ 18 ਸਾਲ ਤੋਂ ਘੱਟ ਹੈ ਤੁਸੀਂ ਯੂਕੇ ਦੇ ਵਿੱਚ ਜਾ ਰਹੇ ਹੋ ਤਾਂ ਉਹਦੇ ਵਾਸਤੇ ਤੁਹਾਨੂੰ ਕਿਹੜੇ ਡਾਕੂਮੈਂਟ ਲੈਣੇ ਪਣਗੇ ਉਹਦੇ ਵਾਸਤੇ ਇਸ ਤਰ੍ਹਾਂ ਹੈ ਕਿ ਤੁਹਾਨੂੰ ਇੱਕ ਆਪਣੇ ਪੇਰੈਂਟ ਦੇ ਕੋਲੋਂ ਜਿੱਦਾਂ ਕਿ ਇੱਕ ਲੈਟਰ ਲਿਖਵਾਉਣਾ ਪਵੇਗਾ ਜਿਹਦੇ ਉੱਤੇ ਜੋ ਜੋ ਵੀ ਗਾਰਡੀਨ ਵਗੈਰਾ ਤੁਹਾਡਾ ਹੋਏਗਾ ਜਾਂ ਪੇਰੈਂਟ ਹੋਣਗੇ ਉਹਨਾਂ ਵੱਲੋਂ ਲਿਖਿਆ ਹੋਇਆ ਇੱਕ ਲੈਟਰ ਹੋਏਗਾ ਉਹਦੇ ਵਿੱਚ ਮਾਤਾ ਪਿਤਾ ਵੱਲੋਂ ਇੱਕ ਕਨਸੈਂਟ ਦਿੱਤੀ ਜਾਏਗੀ ਆਗਿਆ ਦਿੱਤੀ ਜਾਏਗੀ ਕਿ ਇਹ ਬੱਚਾ ਜਿਹੜਾ ਸਾਡਾ ਹੈ ਜੀ ਯੂਕੇ ਵਿੱਚ ਜਾ ਸਕਦਾ ਹੈ ਤੇ ਸਾਡੀ ਇਸ ਨੂੰ ਆਗਿਆ ਹੈ ਉਹਦੇ ਵਿੱਚ ਮਾਤਾ ਪਿਤਾ ਦਾ ਕੰਟੈਕਟ ਨੰਬਰ ਉਹਨਾਂ ਦੀ ਸਾਰੀ ਡਿਟੇਲ ਲਿਖੀ ਜਾਏਗੀ ਉਹਦੇ ਵਿੱਚ ਨਾਮ ਡੇਟ ਆਫ ਬਰਥ ਐਡਰੈਸ ਤੇ ਰਿਲੇਸ਼ਨਸ਼ਿਪ ਤੁਹਾਡਾ ਕੀ ਹੈ ਜੀ ਉਹਨਾਂ ਦੇ ਨਾਲ ਜਿਹੜੇ ਤੁਹਾਡੇ ਗਾਰਡੀਨ ਵਗੈਰਾ ਹੋਣਗੇ ਉਹ ਮਾਦਰ ਹਨ ਮਦਰ ਹਨ ਕਿਹੜੀ ਜਗ੍ਹਾ ਰਹਿੰਦੇ ਹਨ ਪੂਰੀ ਡਿਟੇਲ ਇਸ ਦੇ ਵਿੱਚ ਆਏਗੀ ਇਸ ਤੋਂ ਇਲਾਵਾ ਜੇ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੇ ਹੋ ਤੁਸੀਂ ਰਿਸ਼ਤੇਦਾਰ ਦਾ ਜਿਹੜਾ ਨਾਮ ਹੋਏਗਾ ਜੀ ਉਸ ਦੇ ਨਾਮ ਦੀ ਇੱਕ ਲੈਟਰ ਦਿੱਤਾ ਜਾਏਗਾ ਕਿ ਉਸ ਨੂੰ ਆਗਿਆ ਦਿੱਤੀ ਜਾਏਗੀ ਕਿ ਤੁਸੀਂ ਸਾਡੇ ਬੱਚੇ ਨੂੰ ਇੱਥੇ ਰੱਖ ਸਕਦੇ ਹੋ ਉਸ ਬੰਦੇ ਦੇ ਨਾਮ ਦੇ ਉੱਤੇ ਜੇ ਤੁਸੀਂ ਕਿਸੇ ਵੀ ਆਪਣੇ ਪੇਰੈਂਟ ਜਿੱਦਾਂ ਕੀ ਰਿਲੇਟਿਵ ਜਿਹੜੇ ਹੈ ਜੀ ਰਿਸ਼ਤੇਦਾਰਾਂ ਉਹਨਾਂ ਦੇ ਕੋਲ ਨਹੀਂ ਜਾ ਰਹੇ ਉਹਨਾਂ ਦੇ ਕੋਲ ਜਾ ਕੇ ਨਹੀਂ ਰਹਿਣਾ ਹੈ ਉਸ ਦੇ ਵਾਸਤੇ ਜੋ ਤੁਸੀਂ ਯੂਕੇ ਦੇ ਵਿੱਚ ਐਂਟਰ ਹੁੰਦੇ ਹੋ ਤਾਂ ਤੁਹਾਨੂੰ ਜਿਹੜਾ ਹੈ ਜਿਹੜੀਆਂ ਲੋਕਲ ਅਥਾਰਟिटीज ਉੱਥੇ ਹੁੰਦੀਆਂ ਹਨ ਕਿਦਾ ਕਿ ਤੁਸੀਂ ਕਹਿ ਸਕਦੇ ਹੋ ਕਿ ਲੋਕਲ ਲੈਵਲ ਤੇ ਜਿੱਦਾਂ ਕਿ ਇੱਥੇ ਕਮੂਨਾ ਵਗੈਰਾ ਹੁੰਦਾ ਹੈ ਲੋਕਲ ਪੁਲਿਸ ਸਟੇਸ਼ਨ ਹੁੰਦੇ ਨੇ ਇਸ ਤਰ੍ਹਾਂ ਦੀ ਲੋਕਲ ਥਰਟੀ ਹੁੰਦੀਆਂ ਨੇ ਉਹਨਾਂ ਦੇ ਨਾਲ ਤੁਹਾਨੂੰ ਉੱਥੇ ਵਿਜ਼ਿਟ ਕਰਨੀ ਪਵੇਗੀ ਤੇ ਇਹਨਾਂ ਨੂੰ ਸਾਰੀ ਜਿਹੜੀ ਗੱਲਬਾਤ ਹੈ ਉਹ ਦੱਸਣੀ ਪਵੇਗੀ ਇਹਦੇ ਨਾਲ ਹੀ ਤੁਹਾਨੂੰ 28 ਦਿਨਾਂ ਦੇ ਵਾਸਤੇ ਜਿਹੜਾ ਹੈ ਜੀ ਇੱਕ ਪ੍ਰਾਈਵੇਟ ਫੌਸਟਰ ਕੇਅਰ ਹੁੰਦਾ ਹੈ ਜੀ ਉਹਦਾ ਆਸਰਾ ਯਾਨੀ ਕਿ ਮਦਦ ਲੈਣੀ ਪਵੇਗੀ ਇਹ ਤਰ ਹੁੰਦਾ ਹੈ ਜੇ ਤੁਹਾਡੀ ਉਮਰ 16 ਸਾਲ ਤੋਂ ਲੈ ਕੇ 18 ਸਾਲ ਤੋਂ ਘੱਟ ਹੈ ਬਾਕੀ ਓਵਰ ਆਲ ਗੱਲ ਜਿਹੜੀ ਟੂਰਿਸਟ ਵੀਜ਼ੇ ਦੇ ਵਾਸਤੇ ਜੀ ਆਪਾਂ ਇਟਲੀ ਤੋਂ ਟੂਰਿਸਟ ਵੀਜ਼ੇ ਤੇ ਆ ਤੇ ਆਪਾਂ ਨੂੰ ਕਿਸੇ ਵੀਜ਼ੇ ਦੀ ਲੋੜ ਨਹੀਂ ਪੈਂਦੀ ਜੇ ਆਪਣੇ ਕੋਲ ਟੈਲੀਨ ਸਿਟੀਜ਼ਨਸ਼ਿਪ ਹੈ ਚੀਤਾ ਦੀ ਦਨਸ ਆਇਟਲੀ ਦੀ ਹੈ ਕਿਸੇ ਵੀਜ਼ੇ ਤੋਂ ਲੋੜ ਨਹੀਂ ਪਵੇਗੀ ਤੁਸੀਂ ਆਪਣੇ ਡਾਕੂਮੈਂਟ ਜਿਹੜੇ ਤੁਹਾਨੂੰ ਦੱਸਿਆ ਨੂੰ ਲੈ ਜਾ ਕੇ ਤੁਸੀਂ ਆਪਣੇ ਯੂਕੇ ਦੇ ਵਿੱਚ ਜਾ ਸਕਦੇ ਹੋ ਕੋਈ ਵੀਜ਼ਾ ਵਗੈਰਾ ਨਹੀਂ ਲੈਣਾ ਉਹਦੇ ਵਿੱਚ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਉੱਥੇ ਜਾ ਕੇ ਕੋਈ ਵੀ ਕੰਮ ਕਰੇ ਇੱਕ ਨੰਬਰ ਜਾਂ ਦੋ ਨੰਬਰ ਦੇ ਵਿੱਚ ਬਿਲਕੁਲ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਕਿਉਂਕਿ ਅਗਰ ਤੁਸੀਂ ਅਜਿਹਾ ਕਰਦੇ ਫੜੇ ਜਾਂਦੇ ਹੋ ਇੱਕ ਵਾਰ ਸਰਕਾਰ ਦੀ ਨਜ਼ਰ ਦੇ ਵਿੱਚ ਆ ਜਾਂਦੇ ਹੋ ਤਾਂ ਫਿਰ ਤੁਸੀਂ ਜਿਹੜੇ ਨੈਕਸਟ ਟਾਈਮ ਉੱਥੇ ਜਾਓਗੇ ਤੋਂ ਉਹਦੇ ਵਾਸਤੇ ਜਿਹੜੀ ਐਂਟਰੀ ਤੁਹਾਡੀ ਬੈਨ ਹੋ ਸਕਦੀ ਹੈ ਪੂਰੀ ਜ਼ਿੰਦਗੀ ਦੇ ਵਾਸਤੇ ਤੇ ਬਾਕੀ ਕੋਸ਼ਿਸ਼ ਕਰਨੀ ਹੈ ਕਿ 6 ਮਹੀਨੇ ਦੇ ਵਿੱਚ ਵਿੱਚ ਉੱਥੋਂ ਵਾਪਸ ਇੱਕ ਵਾਰ ਜ਼ਰੂਰ ਮੁਰਨਾ ਹੈ ਉਸ ਤੋਂ ਬਾਅਦ ਤੁਸੀਂ ਫਿਰ ਦੁਬਾਰਾ ਜਾ ਸਕਦੇ ਹੋ ਵੀਡੀਓ ਦੇਖੀ ਧੰਨਵਾਦ ਜੀ ਨੈਕਸਟ ਵੀਡੀਓ ਵਿੱਚ ਆਪਾਂ ਹੋਰ ਟਾਪਿਕ ਦੇ ਉੱਤੇ ਗੱਲਬਾਤ ਕਰਨੀ ਹੈ ਜਿੱਦਾਂ ਕਿ ਸਟੱਡੀ ਜਾਂ ਕਿ ਹੋਰ ਤੋਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਇਸ ਦੇ ਨਾਲ ਨੈਕਸਟ ਵੀਡੀਓ ਤੁਹਾਡੀ ਸਿੱਧੀ ਤੁਹਾਡੇ ਤੱਕ ਪਹੁੰਚੇ ਵੀਡੀਓ ਦੇਖੀ ਧੰਨਵਾਦ ਜੀ